ਲੈ ਵੀ ਕਿਸੇ ਦੇ ਘਰ ਰੱਖਿਆ ਹੋਇਆ ਦੀ ਵਿਆਹ ਉਹਨਾਂ ਨੇ ਲਾਇਆ ਹਲਵਾਈ ਹਲਵਾਈ ਨੂੰ ਸਾਰੇ ਟੱਬਰ ਨੇ ਤੰਗ ਪਰੇਸ਼ਾਨ ਕਰ ਲਿਆ ਕੋਈ ਤਾਂ ਕਹਿੰਦਾ ਪਕੌੜਿਆਂ ਚ ਲੂਣ ਘੱਟ ਪਾਈ ਕੋਈ ਕਹਿੰਦਾ ਰਸਗੁੱਲਿਆਂ ਚ ਮਿੱਠਾ ਘੱਟ ਪਾਈ ਕੋਈ ਕਹਿੰਦਾ ਸਬਜ਼ੀ ਚ ਮਸਾਲੇ ਘੱਟ ਪਾਈ ਬਈ ਹਲਵਾਈ ਨੂੰ ਤਾਂ ਚੜ ਗਿਆ ਗੁੱਸਾ ਹਲਵਾਈ ਸੀ ਪੂਰਾ ਸਕੀਮੀ ਉਹ ਕਹਿੰਦਾ ਜੀ ਤੁਸੀਂ ਟੈਨਸ਼ਨ ਨਾ ਲਓ ਜਨਾਬ ਜਿੱਦਾਂ ਦੇ ਕਹੋਗੇ ਉਦਾਂ ਦੇ ਹੀ ਬਣਾਉਂਗਾ ਤੁਸੀਂ ਮੈਨੂੰ ਸਮਾਨ ਲਿਆ ਦਿਓ ਚਲੋ ਜੀ ਟੱਬਰ ਵਾਲਿਆਂ ਨੇ ਸਮਾਨ ਲਿਆਂਦਾ ਸਮਾਨ ਵੀ ਜਿੰਨਾ ਹਲਵਾਈ ਨੇ ਲਿਖਾਇਆ ਅੱਧਾ ਸਮਾਨ ਲੈ ਕੇ ਆਏ ਕਹਿੰਦੇ ਪਰ ਸਾਡਾ ਕੋਈ ਬਰਾਤੀ ਭੁੱਖਾ ਨਾ ਜਾਵੇ ਇਹੋ ਜਿਹਾ ਖਾਣਾ ਬਣਾਈ ਕਿ ਬਰਾਤੀ ਰੱਜ ਕੇ ਜਾਣ ਹਲਵਾਈ ਨੂੰ ਗੁੱਸਾ ਚੜੀ ਜਾਵੇ ਇੱਕ ਤਾਂ ਸਮਾਨ ਨਹੀਂ ਪੂਰਾ ਲਿਆ ਕੇ ਦਿੱਤਾ ਉੱਪਰੋਂ ਕਹਿੰਦੇ ਆ ਕੋਈ ਬਰਾਤੀ ਖਾਣਾ ਖਾਏ ਬਿਨਾਂ ਨਾ ਜਾਵੇ ਹਲਵਾਈ ਨੇ ਬੜਾ ਦਿਮਾਗ ਲੜਾਇਆ ਫਿਰ ਉਹਨੇ ਇੱਕ ਸਕੀਮ ਸੁੱਝੀ ਹਲਵਾਈ ਨੇ ਸਾਰਾ ਗੁੱਸਾ ਕੱਢ ਲਿਆ ਆਪਦੀ ਸਕੀਮ ਲੜਾਈ ਲੈ ਸੁਣੋ ਸਕੀਮ ਕੀ ਸੀ ਹਲਵਾਈ ਨੇ ਚੱਕ ਕੇ ਬਰਾਤੀਆਂ ਦੇ ਸਾਰੇ ਖਾਣੇ 'ਚ ਮਿੱਠਾ ਸੋਡਾ ਪਾਤਾ ਮਿੱਠਾ ਸੋਡਾ ਵੀ ਇੰਨਾ ਪਾਇਆ ਬਸ ਪੁੱਛੋ ਹੀ ਨਾ ਲੈ ਬਈ ਫਿਰ ਕੀ ਹੋਇਆ ਆ ਗਈ ਬਰਾਤ ਬਰਾਤ ਖਾਣਾ ਖਾਣ ਲੱਗੀ ਹਲਵਾਈ ਖਾਣਾ ਬੜਾ ਸਵਾਦ ਬਣਾਉਂਦਾ ਸੀ ਖਾਣਾ ਬੜਾ ਸਵਾਦ ਸਵਾਦ 'ਚ ਬਰਾਤ ਤਾਂ ਟੁੱਟ ਕੇ ਪੈ ਗਈ ਖਾਣੇ ਨੂੰ ਲੈ ਬਈ ਜਿਹੜਾ ਜਿਹੜਾ ਖਾਣਾ ਖਾਈ ਗਿਆ ਉਹ ਬਸ ਪੇਟ ਫੜ ਕੇ ਸਿੱਧਾ ਫਲੈਸ ਵੱਲ ਨੂੰ ਜਿਹੜਾ ਜਿਹੜਾ ਖਾਣਾ ਖਾਈ ਗਿਆ ਸਿੱਧਾ ਪੇਟ ਫੜ ਕੇ ਫਲੈਸ ਵੱਲ ਨੂੰ ਲੈ ਇੱਧਰ ਨੂੰ ਮਾਸੀ ਤੁਰੀ ਫਿਰੇ ਇੱਧਰ ਨੂੰ ਭੂਆ ਭੱਜੀ ਜਾਵੇ ਮਾਸੜ ਭੱਜਿਆ ਫਿਰੇ ਕਿਤੇ ਨੂੰ ਚਾਚੀ ਭੱਜੀ ਫਿਰੇ ਉਹ ਦੇਖੀ ਜਾਣ ਬਰਾਤੀਆਂ ਨੂੰ ਹੋ ਕੀ ਰਿਹਾ ਸਮਝ ਕਿਸੇ ਨੂੰ ਨਾ ਆਵੇ ਜਿਹੜਾ ਜਿਹੜਾ ਖਾਈ ਜਾਵੇ ਬਸ ਪੇਟ ਫੜ ਕੇ ਭੱਜੇ ਫਿਰੀ ਜਾਣ ਲੈ ਹੋਰ ਤਾਂ ਹੋਰ ਮੁੰਡਾ ਕੁੜੀ ਦੇਖੀ ਜਾਣ ਵਿਚਾਰੇ ਬੈਡਿੰਗ ਚੇਅਰ ਤੇ ਬੈਠੇ ਕੋਈ ਸ਼ਗਨੀ ਨਾ ਪਾਉਣ ਆਵੇ ਜੇ ਕੋਈ ਸ਼ਗਨ ਪਾਉਣ ਆਇਆ ਕਰੇ ਇਹਨਾਂ ਨੂੰ ਢਿੱਡ ਫੜ ਕੇ ਫੇਰ ਫਲੈਸ ਵੱਲ ਨੂੰ ਤੁਰ ਪਿਆ ਕਰੇ ਬੜੇ ਪਰੇਸ਼ਾਨ ਉਹ ਕਹਿੰਦੇ ਹੋ ਕੀ ਰਿਹਾ ਬਰਾਤ ਨੂੰ ਬਰਾਤ ਨੇ ਤਾਂ ਬਈ ਜਾ ਕੇ ਫਲੈਸਾਂ ਦੇ ਅੱਗੇ ਐ ਲੈਨਾਂ ਲਾ ਲੀਆਂ ਜਿਵੇਂ ਫ੍ਰੀ ਵਾਲੀ ਕਣਕ ਮਿਲਦੀ ਹੋਵੇ ਰਾਸ਼ਨ ਕਾਰਡ ਤੇ ਇੱਕ ਦੂਜੇ ਨੂੰ ਤੱਕੇ ਮਾਰ ਮਾਰ ਕੇ ਇੱਕ ਦੂਸਰੇ ਤੋਂ ਅੱਗੇ ਲੰਘਣ ਉਹਨਾਂ ਦੀ ਤਾਂ ਇੱਕ ਦੀ ਵਾਰੀ ਆਵੇ ਲੈ ਮੈਨੂੰ ਤਾਂ ਸੁਣਾਉਂਦੇ ਸੁਣਾਉਂਦੇ ਵੀ ਹਾਸਾ ਆ ਰਿਹਾ ਤੁਹਾਨੂੰ ਵੀ ਦੇਖਦੇ ਹਾਸਾ ਆਊਗਾ ਹੈ ਇੱਕ ਦੀ ਵਾਰੀ ਹਲੇ ਵੜ ਕੇ ਬਾਹਰ ਨਿਕਲੇ ਇਹਨੇ ਨੂੰ ਦੂਜਾ ਧੱਕਾ ਮਾਰ ਕੇ ਲੰਘ ਜੇ ਉਸ ਤੋਂ ਤਾਂ ਬੈਡਿੰਗ ਚੇਅਰ ਤੱਕ ਵੀ ਨਾ ਜਾਇਆ ਜਾਵੇ ਉਹ ਤਾਂ ਫਿਰ ਪਿੱਛੇ ਪਿੱਛੇ ਲੈਣ 'ਚ ਲੱਗ ਜੇ ਬਸ ਵੀ ਸ਼ਾਮ ਤੱਕ ਐਂ ਹੁੰਦਾ ਰਿਹਾ ਲੈ ਬਚੋਲਣ ਦੀ ਮੈਂ ਕੀ ਦੱਸਾਂ ਬਚੋਲਣ ਤਾਂ ਅੱਧਾ ਘੰਟਾ ਫਲੈਸ ਤੋਂ ਹੀ ਬਾਹਰ ਨਹੀਂ ਆਈ ਓ ਹੋ 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 ਬਾਈ ਜੋ ਉੱਥੇ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਲੈ ਅੱਖੀਂ ਦੇਖਿਆ ਮੈਂ ਮੈਨੂੰ ਤਾਂ ਹਾਸਾ ਹੀ ਨਾ ਰੁਕੇ ਮੈਨੂੰ ਪਤਾ ਸੀ ਵੀ ਹਲਵਾਈ ਨੇ ਮਿੱਠਾ ਸੋਡਾ ਪਾਇਆ ਹੋਇਆ ਮੈਂ ਤਾਂ ਖਾਣਾ ਹੀ ਖਾਇਆ ਹੈਗਾ ਮੁੰਡੇ ਕੁੜੀ ਨੇ ਖਾਣਾ ਨਹੀਂ ਖਾਇਆ ਉਹ ਤਾਂ ਇਕੱਲੇ ਹੀ ਬੈਡਿੰਗ ਚੇਅਰ ਤੇ ਬੈਠੇ ਰਹੇ ਸ਼ਾਮ ਤੱਕ ਲੈ ਇੱਕ ਬੰਦੇ ਨੇ ਵੀ ਸ਼ਗਨ ਨਹੀਂ ਪਾਇਆ ਉਹਨਾਂ ਨੂੰ ਆ ਕੇ ਇੱਧਰ ਨੱਚਣ ਵਾਲੇ ਆਰਕੈਸਟਰਾ ਵਾਲੇ ਉਹ ਵਿਚਾਰੇ ਨੱਚ ਨੱਚ ਕੇ ਸਾਹ ਚੜਾ ਲਿਆ ਨਾ ਤਾਂ ਕੋਈ ਇੱਥੇ ਪੈਸੇ ਬਾਰਨ ਆਵੇ ਹੈ ਉਹ ਦੇਖੀ ਜਾਣ ਹੋ ਕੇ ਰਿਹਾ ਬਰਾਤ ਨੂੰ ਬਰਾਤ ਤਾਂ ਭਾਈ ਇੱਧਰ ਉੱਧਰ ਇੱਧਰ ਉੱਧਰ ਬਸ ਗੇੜੇ ਹੀ ਕੱਢੀ ਗਈ ਗੇੜੇ ਹੀ ਕੱਢੀ ਗਈ ਲੈ ਹੋਇਆ ਕੀ ਅੱਗੇ ਸੁਣ ਲਓ ਮੁੰਡੇ ਦਾ ਜਿਹੜਾ ਬਾਪ ਸੀ ਬਾਪ ਜਾ ਕੇ ਪੈਲਸ ਵਾਲੇ ਨਾਲ ਲੜ ਪਿਆ ਕਹਿੰਦੇ ਬਈ ਤੁਸੀਂ ਇੰਨੇ ਤਾਂ ਪੈਸੇ ਲੈ ਲਏ ਪੈਲਸ ਦੇ ਤੁਸੀਂ ਤਾਂ ਕਹਿੰਦੇ ਸੀ ਐਨ ਪ੍ਰਬੰਧ ਓਕੇ ਮਿਲੇਗਾ ਹੈਨਾ ਕਿਸੇ ਚੀਜ਼ ਦੀ ਦਿੱਕਤ ਨਹੀਂ ਆਣੀ ਲੈ ਕੀ ਸਵਾਹ ਪ੍ਰਬੰਧ ਹੈ ਸਾਡੀ ਤਾਂ ਬਰਾਤ ਨੂੰ ਫਲੈਸਾਂ ਵੀ ਨਹੀਂ ਪੂਰੀਆਂ ਆਈਆਂ ਹੈ ਸਾਡੀ ਤਾਂ ਬਰਾਤ ਸ਼ਾਮ ਤੱਕ ਲੈਣਾ 'ਚ ਖੜੀ ਰਹੀ ਅੱਧੇ ਬੰਦੇ ਤਾਂ ਸਾਡੇ ਬੇਹੋਸ਼ ਹੋ ਕੇ ਡਿੱਗ ਗਏ ਪੈਲਸ ਵਾਲਾ ਕਹਿੰਦਾ ਭਾਈ ਸਾਹਿਬ ਗੱਲ ਸੁਣੋ ਸਾਨੂੰ ਕੀ ਪਤਾ ਸੀ ਵੀ ਤੁਹਾਡੀ ਬਰਾਤ ਖਾਂਦੀ ਘੱਟ ਆ ਜਾਂਦੀ ਜ਼ਿਆਦਾ ਸਾਨੂੰ ਕੀ ਪਤਾ ਸੀ ਅਸੀਂ ਤਾਂ ਸਾਰੇ ਪੈਲਸ 'ਚ ਫਿਰ ਫਲੈਸਾਂ ਹੀ ਫਲੈਸਾਂ ਬਣਾ ਦਿੰਦੇ ਹਾਏ ਹਾਏ ਜਿਹੜੀ ਉਹਨਾਂ ਦੀ ਲੜਾਈ ਹੋਈ ਬਈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹਨੇ ਤਾਂ ਪੈਲਸ ਵਾਲੇ ਨੂੰ ਜੁੰਡਿਆਂ ਤੋਂ ਫੜ ਲਿਆ ਪੈਲਸ ਵਾਲੇ ਨੇ ਫਿਰ ਦੋ ਚਾਰ ਥਾਪੜੇ ਮੁੰਡੇ ਦੇ ਬਾਪ ਦੇ ਵੀ ਲਾਤੇ ਖੈਰੇ ਗੱਲ ਦੱਸਣ ਵਾਲੀ ਤਾਂ ਹੈ ਨਹੀਂ ਸੀ ਚੱਲ ਮੈਂ ਦੱਸਤੀ ਹੈ ਹੋਇਆ ਕੀ ਲੈ ਬਈ ਉਹ ਤਾਂ ਗੁੱਥਮ ਗੁੱਥੀ ਇੱਕ ਦੂਸਰੇ ਨੂੰ ਗਾਲਮ ਗਾਲੀ ਵੀ ਹੋ ਕੇ ਰਿਹਾ ਸ਼ਾਮ ਤੱਕ ਐਂ ਚਲੀ ਗਿਆ ਲੈ ਨਾ ਤਾਂ ਕਿਸੇ ਨੇ ਸ਼ਗਨ ਪਾਇਆ ਨਾ ਕਿਸੇ ਨੇ ਨੋਟ ਵਰਸਾਏ ਨਾ ਕੋਈ ਡਾਂਸਿੰਗ ਫਲੋਰ ਤੇ ਆਇਆ ਮੁੰਡੇ ਦੀ ਮਾਂ ਤਾਂ ਦਿਖੀ ਹੋਈ ਨਹੀਂ ਸਾਰੇ ਪ੍ਰੋਗਰਾਮ 'ਚ ਖਬਣੀ ਕਿਹੜੇ ਖੁੰਜੇ 'ਚ ਬੜੀ ਰਹੀ ਲੈ ਵੀ ਸਟੂਡੀਓ ਵਾਲੇ ਤਾਂ ਬਹੁਤ ਪਰੇਸ਼ਾਨ ਹੋ ਗਏ ਕੋਈ ਵੀਡੀਓ 'ਚ ਰਿਸ਼ਤੇਦਾਰੀ ਨਾ ਆਵੇ ਰਿਸ਼ਤੇਦਾਰਾਂ ਨੂੰ ਤਾਂ ਸ਼ਰਮ ਆਵੇ ਕੈਮਰੇ ਦੇ ਅੱਗੇ ਆਉਂਦੇ ਹੋਏ ਉਹ ਤਾਂ ਸਾਰੇ ਲਾਈਨਾਂ ਬਣਾ ਕੇ ਫਲੈਸਾਂ ਦੇ ਅੱਗੇ ਖੜੇ ਹੁਣ ਵੀਡੀਓ ਕਿਹਦੀ ਬਣਾਉਣ ਸਟੂਡੀਓ ਵਾਲੇ ਬੜੇ ਪਰੇਸ਼ਾਨ ਉਹਨਾਂ ਨੇ ਕੀ ਕੀਤਾ 2-4 ਮਿੰਟ ਦੇਖਿਆ ਅੱਧਾ ਘੰਟਾ ਦੇਖਿਆ ਘੰਟਾ ਦੇਖਿਆ ਬਾਈ ਉਹਨਾਂ ਨੇ ਤਾਂ ਕੈਮਰੇ ਚੱਕ ਕੇ ਫਲੈਸਾਂ ਦੇ ਅੱਗੇ ਲਾਤੇ ਕਹਿੰਦੇ ਸਾਰੇ ਰਿਸ਼ਤੇਦਾਰ ਤਾਂ ਇੱਧਰ ਖੜੇ ਆ ਆਪਾਂ ਉੱਧਰ ਕਿਹਦੀ ਵੀਡੀਓ ਬਣਾਉਣੀ ਆ ਲੈ ਵੀ ਰਿਸ਼ਤੇਦਾਰਾਂ ਦੀਆਂ ਫਿਰ ਜਿਹੜੀਆਂ ਵੀਡੀਓ ਆਈਆਂ ਮੈਂ ਤੁਹਾਨੂੰ ਕੀ ਦੱਸਾਂ ਕੋਈ ਤਾਂ ਐਂ ਖੜਿਆ ਕੋਈ ਐਂ ਖੜਿਆ ਕੋਈ ਐਂ ਖੜਿਆ ਬਸ ਉਹਨਾਂ ਦਾ ਤਾਂ ਬੁਰਾ ਹਾਲ ਹੈ ਵੀਡੀਓ ਤੁਸੀਂ ਦੇਖਿਓ ਉਹਨਾਂ ਦੀ ਮੈਂ ਕਿਹਾ ਹੱਸ ਹੱਸ ਕੇ ਕਮਲੇ ਹੋ ਜਾਓਗੇ ਲੈ ਫਿਰ ਡਰਾਈਵਰਾਂ ਦਾ ਸੁਣ ਲਓ ਹਾਲ ਡਰਾਈਵਰ ਵੀ ਵਿਚਾਰੇ ਸਵੇਰ ਦੇ ਭੁੱਖੇ ਦੀ ਉਹਨਾਂ ਨੇ ਵੀ ਰੋਟੀ ਖਾ ਲਈ 2-3 ਵਜੇ ਬਸ ਫਿਰ ਜਿਹੜੀ ਡਰਾਈਵਰਾਂ ਨਾਲ ਹੋਈ ਉਹ ਤਾਂ ਮੈਂ ਕੀ ਦੱਸਾਂ ਕੋਈ ਡਰਾਈਵਰ ਇੱਧਰ ਨੂੰ ਭੱਜਿਆ ਜਾ ਰਿਹਾ ਕੋਈ ਇੱਧਰ ਨੂੰ ਜਾ ਰਿਹਾ ਡਰਾਈਵਰ ਕਹਿੰਦਾ ਮੁੰਡੇ ਦੇ ਡੈਡੀ ਨੂੰ ਕਹਿੰਦਾ ਭਾਈ ਸਾਹਿਬ ਗੱਲ ਸੁਣ ਲਓ ਅੱਜ ਨਹੀਂ ਬਰਾਤ ਬਰੂਤ ਜਾਂਦੀ ਆਪਣੀ ਤਾਂ ਹਾਲਤ ਨਹੀਂ ਹੈਗੀ ਲੈ ਕੇ ਜਾਣ ਦੀ ਅਸੀਂ ਤਾਂ ਭਾਈ ਚੱਲਾਂਗੇ ਫਿਰ ਸਾਨੂੰ ਫਲੈਸ ਜਾਣਾ ਪੈ ਜਾਊਗਾ
ਡਰਾਈਵਰਾਂ ਨੇ ਤਾਂ ਨਾ ਹੀ ਕਰਦੀ, ਕਹਿੰਦੇ ਅਸੀਂ ਨਹੀਂ ਅੱਜ ਬਰਾਤ ਬਰੂਤ ਲੈ ਕੇ ਜਾਂਦੇ ਡਰਾਈਵਰਾਂ ਦਾ, ਉਹ ਬੁਰਾ ਹਾਲ, ਉਹ ਬੁਰਾ ਹਾਲ, ਉਹ ਹੋ ਕੀ ਦੱਸਾਂ। ਲੈ ਫਿਰ ਵੇਟਰ ਹੈ ਨਾ, ਵੇਟਰਾਂ ਨੂੰ ਤਾਂ ਮਨਾ ਕਰਿਆ ਹੋਇਆ ਸੀ ਵੀ ਖਾਣਾ ਨਹੀਂ ਕਿਸੇ ਨੇ ਖਾਣਾ, ਪਰ ਵਿਚਾਰਿਆਂ ਨੂੰ, ਉਹਨਾਂ ਨੂੰ ਵੀ ਭੁੱਖ ਲੱਗੀ, ਚੋਰੀ ਚੋਰੀ ਮਾੜਾ ਮੋਟਾ ਉਹਨਾਂ ਨੇ ਵੀ ਖਾ ਲਿਆ। ਲੈ ਸਾਰੇ ਜਿਹੜੇ ਬਹਿਰੇ ਖਾਣਾ ਵਰਤਾ ਰਹੇ ਸੀ ਉਹ ਵੀ ਜਾ ਕੇ ਲਾਈਨਾਂ 'ਚ ਲੱਗ ਗਏ, ਕੋਈ ਖਾਣਾ ਵਰਤਾਉਣ ਵਾਲਾ ਹੀ ਨਹੀਂ ਰਿਹਾ। ਬਈ ਹਲਵਾਈ ਨੇ ਉਹ ਕਰੀ ਬਰਾਤ ਦੇ ਨਾਲ, ਉਹ ਕਰੀ ਬਸ, ਖਾਣਾ ਤਾਂ ਮੁੱਕਿਆ ਹੀ ਨਹੀਂ ਸ਼ਾਮ ਤੱਕ, ਖਾਣਾ ਤਾਂ ਟੇਬਲਾਂ 'ਤੇ ਹੀ ਪਿਆ ਰਹਿ ਗਿਆ, ਬਸ ਮਾੜਾ ਮੋਟਾ ਜਿਹੜਾ ਖਾ ਲਿਆ ਉਹੀ ਖਾ ਕੇ ਖੜੇ ਰਹੇ ਫਲਸਾਂ ਦੇ ਅੱਗੇ। ਹਲਵਾਈ ਬਹੁਤ ਹੱਸਿਆ ਬਈ, ਬਹੁਤ ਹੱਸਿਆ, ਹਾਸਾ ਤਾਂ ਮੇਰਾ ਵੀ ਬਹੁਤ ਨਿਕਲਿਆ। ਮੈਨੂੰ ਤਾਂ ਪਤਾ ਸੀ ਵੀ ਹਲਵਾਈ ਨੇ ਮਿੱਠਾ ਸੋਡਾ ਪਾਇਆ, ਮੈਂ ਤਾਂ ਖਾਣਾ ਹੀ ਨਹੀਂ ਖਾਇਆ। ਲੈ ਵੀ ਜਦੋਂ ਬਰਾਤ ਲੈ ਕੇ ਵਾਪਸ ਆਉਣ ਲੱਗੇ ਮੁੰਡੇ ਵਾਲੇ, ਅੱਧੇ ਰਿਸ਼ਤੇਦਾਰ ਤਾਂ ਲੱਭਣ ਹੀ ਨਾ ਕਿੱਥੇ ਕਿੱਥੇ ਪਏ, ਉਹਨਾਂ ਦਾ ਤਾਂ ਬੁਰਾ ਹਾਲ, ਜਮੀ ਬੁਰਾ ਹਾਲ, ਉਹਨਾਂ ਤੋਂ ਤਾਂ ਉੱਠ ਕੇ ਤੁਰਿਆ ਨਾ ਜਾਵੇ। ਲੈ ਮਾਮੀ ਤਾਂ ਉੱਥੇ ਪਈ ਜਿੱਥੇ ਖਾਣਾ ਲੱਗਿਆ ਹੋਇਆ ਸੀ, ਟੇਬਲਾਂ ਦੇ ਥੱਲੇ, ਕੱਪੜੇ ਦੇ ਥੱਲੇ ਬੜੀ ਪਈ, ਉੱਥੋਂ ਚੱਕ ਕੇ ਲਿਆਂਦੀ। ਹਲਵਾਈ ਕਹਿੰਦਾ ਭਾਈ ਰੁਕ ਜਾਓ, ਕਿੱਥੇ ਚੱਲੀ ਆ ਬਰਾਤ? ਆ ਮੁੰਡੇ ਕੁੜੀ ਦੇ ਬਾਪ ਨੂੰ ਬੁਲਾ ਕੇ ਕਹਿੰਦਾ ਭਾਈ ਗੱਲ ਸੁਣ, ਕਹਿੰਦਾ ਖਾਣੇ ਦੇ ਟੱਬ ਬਚੇ ਪਏ ਆ ਬਈ, ਆਪਦੇ ਰਿਸ਼ਤੇਦਾਰਾਂ ਨੂੰ ਕਹਿ ਦਿਆ ਲਿਫਾਫੇ ਭਰ ਕੇ ਲੈ ਜਾਣ, ਲਿਫਾਫੇ ਭਰ ਕੇ ਲੈ ਜਾਓ, ਲਿਫਾਫੇ ਭਰ ਕੇ। ਲੈ ਵੀ ਜਦ ਹਲਵਾਈ ਨੇ ਕਿਹਾ ਭਾਈ ਟੱਬ ਦੇ ਟੱਬ ਬਚੇ ਪਏ ਨੇ ਸਮਾਨ ਦੇ, ਆ ਖਾਣਾ ਪਿਆ ਲੈ ਜਾਓ, ਰਿਸ਼ਤੇਦਾਰਾਂ ਨੂੰ ਕਹਿੰਦੇ ਲਿਫਾਫੇ ਭਰ ਕੇ, ਕੋਈ ਨਾ ਅੱਗੇ ਆਵੇ, ਕੋਈ ਨੀ ਬੋਲਿਆ। ਲੈ ਮੁੰਡੇ ਦਾ ਫੁੱਫੜ ਹੌਲੀ ਜੀ ਆ ਕੇ ਕਹਿੰਦਾ ਹਲਵਾਈ ਨੂੰ, ਭਾਈ ਸਾਹਿਬ ਬਣਿਆ ਹੋਇਆ ਖਾਣਾ ਤਾਂ ਰਹਿਣ ਦੇ, ਜੇ ਕੋਈ ਸਾਬਤਾ ਬੱਕਰਾ ਜਾਂ ਕੁੱਕੜ ਪਿਆ ਉਹ ਦੇ ਲੈ ਜਾਂਦੇ ਆ। ਲੈ ਮੈਂ ਤਾਂ ਜੋ ਕੁਛ ਦੇਖਿਆ ਅੱਖੀ ਤੁਹਾਨੂੰ ਮੈਂ ਦੱਸਤਾ ਕੇ, ਹੁਣ ਵੀਡੀਓ ਸ਼ੇਅਰ ਤੁਸੀਂ ਕਰੋ। ਲੈ ਬਾਕੀਆਂ ਨੂੰ ਵੀ ਦੱਸ ਦਿਓ ਵੀ ਵਿਆਹ ਵਾਲੇ ਸਮਾਗਮ 'ਤੇ ਕਿਤੇ ਹਲਵਾਈ ਲੱਗਿਆ ਹੋਵੇ ਤਾਂ ਨਾਲ ਪੰਗਾ ਨਾ ਲੈ ਲਿਓ, ਨਹੀਂ ਫਿਰ ਹਲਵਾਈ ਐਂ ਕਰਦੇ ਆ ਮਿੱਠਾ ਸੋਡਾ ਪਾ ਕੇ ਭਜਾ ਦਿੰਦੇ ਆ ਸਾਰਿਆਂ ਨੂੰ। ਵੀਡੀਓ ਸ਼ੇਅਰ ਕਰ ਦਿਓ ਬਈ, ਵਧੀਆ ਲੱਗੇ ਕਮੈਂਟ ਕਰ ਦਿਓ, ਲਾਈਕ ਕਰ ਦਿਓ, ਅਤੇ ਜਿਨ੍ਹਾਂ ਨੇ ਫੋਲੋ ਨਹੀਂ ਕਰਿਆ ਉਹ ਫੋਲੋ ਵੀ ਕਰ ਲਓ। ਥੈਂਕ ਯੂ, ਸਤਿ ਸ਼੍ਰੀ ਅਕਾਲ।